You are watching Channel Y. Channel Y, a South Asian Canadian channel. Y Media Group ਵੱਲੋਂ ਤੁਹਾਡੇ ਸਾਰਿਆਂ ਦਾ Channel Y ਦੇ ਉੱਤੇ ਸਵਾਗਤ ਹੈ। ਬ੍ਰੇਕਿੰਗ ਨਿਊਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। ਬ੍ਰੈਂਪਟਨ ਦੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਜਿਨ੍ਹਾਂ ਦੇ ਖਿਲਾਫ਼ ਕਿ ਬ੍ਰੈਂਪਟਨ ਦੀ ਹੀ ਇੱਕ ਮਹਿਲਾ ਨੇ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨਸ ਲਗਾਏ ਸੀਗੇ, ਨਵੀਂ ਡਿਵੈਲਪਮੈਂਟ ਦੇ ਵਿੱਚ ਇਸ ਮਹਿਲਾ ਨੇ ਹੁਣ $2 million ਦਾ ਲੋਸੂਟ ਫਾਈਲ ਕਰ ਦਿੱਤਾ ਹੈ। ਇਸ ਮਹਿਲਾ ਨੇ ਜਿੱਥੇ ਇਹ ਲੋਸੂਟ ਫਾਈਲ ਕੀਤਾ ਹੈ, ਉਹਦੇ ਵਿੱਚ ਨਾ ਸਿਰਫ ਉਹਨਾਂ ਨੇ ਗੁਰਪ੍ਰੀਤ ਢਿੱਲੋਂ ਉਹਨਾਂ ਦੇ ਖਿਲਾਫ਼ $2 million ਦਾ ਲੋਸੂਟ ਫਾਈਲ ਕੀਤਾ ਹੈ, ਬਲਕਿ ਇਹਦੇ ਵਿੱਚ ਉਹਨਾਂ ਨੇ ਸਿਟੀ ਆਫ ਬ੍ਰੈਂਪਟਨ ਦੇ ਖਿਲਾਫ਼ ਵੀ ਡੈਮੇਜਿਸ ਕਲੇਮ ਕੀਤੇ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਪਿਛਲੇ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ ਜਦੋਂ ਗੁਰਪ੍ਰੀਤ ਢਿੱਲੋਂ ਇੱਕ ਬਿਜ਼ਨਸ ਡੈਲੀਗੇਸ਼ਨ ਬ੍ਰੈਂਪਟਨ ਤੋਂ ਹੈੱਡ ਕਰਦਿਆਂ ਹੋਇਆ ਟਰਕੀ ਲੈ ਕੇ ਗਏ ਸੀਗੇ, ਵਾਪਸ ਆਉਣ ਦੇ ਉੱਤੇ ਇਸ ਮਹਿਲਾ ਨੇ ਕੌਂਸਲਰ ਗੁਰਪ੍ਰੀਤ ਢਿੱਲੋਂ ਹੋਣਾ ਦੇ ਖਿਲਾਫ਼ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨਸ ਲਗਾਏ ਸੀਗੇ। ਇਹਨਾਂ ਐਲੀਗੇਸ਼ਨਸ ਨੂੰ ਸਿਰੇ ਤੋਂ ਹੀ ਨਕਾਰ ਰਹੇ ਨੇ। ਗੁਰਪ੍ਰੀਤ ਸਿੰਘ ਢਿੱਲੋਂ ਕਹਿ ਰਹੇ ਨੇ ਕਿ ਉਹਨਾਂ ਨੇ ਕੁਛ ਵੀ ਐਸਾ ਨਹੀਂ ਕੀਤਾ, ਔਰ ਇਸ ਲੋਸੂਟ ਦੇ ਬਾਰੇ ਵੀ ਉਹਨਾਂ ਦਾ ਕਹਿਣਾ ਹੈਗਾ ਹੈ ਕਿ ਉਹ ਇਹਨਾਂ ਨੂੰ ਅਦਾਲਤ ਦੇ ਵਿੱਚ ਪੂਰੀ ਤਰ੍ਹਾਂ ਡਿਫੈਂਡ ਕਰਨਗੇ। ਗੁਰਪ੍ਰੀਤ ਸਿੰਘ ਢਿੱਲੋਂ ਉਹਨਾਂ ਨੇ ਇੱਕ ਈਮੇਲ ਸਟੇਟਮੈਂਟ ਜੋ ਕਿ ਟੋਰੋਂਟੋ ਸਟਾਰ ਦੇ ਵਿੱਚ ਛਪੀ ਹੈ, ਉਹਨਾਂ ਨੇ ਕਿਹਾ ਹੈ ਕਿ ਆਈ ਕੰਟੀਨਿਊ ਟੂ ਐਡਮੈਂਟਲੀ ਡਿਨਾਈ ਦੀਜ਼ ਐਲੀਗੇਸ਼ਨਸ ਇਨ ਦੇਅਰ ਇੰਟੈਰਿਟੀ। ਆਈ ਇੰਟੈਂਡ ਟੂ ਵਿਗਰਸਲੀ ਡਿਫੈਂਡ ਅਗੇਂਸਟ ਦਿਸ ਲੋਸੂਟ। ਉਹਨਾਂ ਨੇ ਜਿੱਥੇ ਕਿਹਾ ਹੈਗਾ ਹੈ ਕਿ ਇਸ ਲੋਸੂਟ ਨੂੰ ਉਹ ਹੁਣ ਅਦਾਲਤ ਦੇ ਵਿੱਚ ਡਿਫੈਂਡ ਕਰਨਗੇ, ਔਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਉਹਨਾਂ ਦੇ ਵਕੀਲ ਨੇ ਉਹਨਾਂ ਨੂੰ ਐਡਵਾਈਸ ਕੀਤਾ ਹੈਗਾ ਕਿ ਇਸ ਤੋਂ ਜ਼ਿਆਦਾ ਉਹ ਹੁਣ ਇਹਦੇ ਬਾਰੇ ਕੁਛ ਨਾ ਕਹਿਣ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਹਾਲ ਹੀ ਦੇ ਵਿੱਚ ਇੰਟੈਗ੍ਰਿਟੀ ਕਮਿਸ਼ਨਰ ਨੇ ਆਪਣੀ ਇੱਕ ਰਿਪੋਰਟ ਤਿਆਰ ਕੀਤੀ ਸੀਗੀ। ਸਿਟੀ ਆਫ ਬ੍ਰੈਂਪਟਨ ਦੀ ਇੰਟੈਗ੍ਰਿਟੀ ਕਮਿਸ਼ਨਰ ਨੇ ਕੁਛ ਰਿਕਮੈਂਡੇਸ਼ਨਸ ਦਿੱਤੀਆਂ ਸੀਗੀਆਂ, ਜਿਹਦੇ ਤਹਿਤ ਸਿਟੀ ਆਫ ਬ੍ਰੈਂਪਟਨ ਦੀ ਕੌਂਸਲ ਨੇ ਗੁਰਪ੍ਰੀਤ ਸਿੰਘ ਢਿੱਲੋਂ ਹੁਣਾਂ ਨੂੰ ਵਿਦਆਊਟ ਪੇ 90 ਦਿਨਾਂ ਵਾਸਤੇ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸੀਗੇ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਫਿਲਹਾਲ ਇਹ ਸਿਰਫ ਐਲੀਗੇਸ਼ਨਸ ਨੇ, ਹਜੇ ਤੱਕ ਕੋਈ ਵੀ ਜਿਹੜਾ ਐਲੀਗੇਸ਼ਨ ਹੈਗੀ ਹੈ ਉਹ ਅਦਾਲਤ ਦੇ ਵਿੱਚ ਸਾਬਿਤ ਨਹੀਂ ਹੋਈ, ਔਰ ਗੁਰਪ੍ਰੀਤ ਸਿੰਘ ਢਿੱਲੋਂ ਹੁਣਾਂ ਨੇ ਲਗਾਤਾਰ ਹੀ ਇਹਨੂੰ ਡਿਨਾਈ ਕੀਤਾ ਹੈ। ਵਾਈ ਮੀਡੀਆ ਦੇ ਸਾਰੇ ਹੀ ਪਲੇਟਫਾਰਮ ਦੇ ਉੱਤੇ ਅਸੀਂ ਲਗਾਤਾਰ ਤੁਹਾਨੂੰ ਇਸ ਖਬਰ ਦੇ ਬਾਰੇ ਅਪਡੇਟਡ ਰੱਖਾਂਗੇ। You are watching Channel Y, a South Asian Canadian channel.